ਅੱਧੀ ਰਾਤ ਨੂੰ ਇੱਕ ਪਰਿਵਾਰ ਨੂੰ ਬੰਧਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ 4 ਦੇ ਕਰੀਬ ਲੁਟੇਰੇ ਅੱਧੀ ਰਾਤ ਨੂੰ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਕਮਰੇ ਦੇ ਵਿੱਚ ਪਈ ਪੇਟੀ ਦੀ ਤਲਾਸ਼ੀ ਲਈ ਜਾਂਦੀ ਹੈ। ਹਾਲਾਂਕਿ ਜਦੋਂ ਇਸ ਦਾ ਨੌਜਵਾਨ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਤਾਂ ਗੁੱਸੇ ਦੇ ਵਿੱਚ ਆਏ ਲੁਟੇਰਿਆਂ ਦੇ ਵੱਲੋਂ ਉਸਦੀ ਗਰਦਨ ਤੇ ਹਮਲਾ ਕਰ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਉਸਦੇ ਮੂੰਹ ਦੇ ਉੱਤੇ ਵੀ ਟੇਪਾਂ ਲਗਾ ਦਿੱਤੀਆਂ ਜਾਂਦੀਆਂ ਨੇ। ਹਾਲਾਂਕਿ ਉਸਦੇ ਘਰ ਦੇ ਵਿੱਚ ਉਸਦੀ ਇੱਕ ਬਜ਼ੁਰਗ ਮਾਤਾ ਅਤੇ ਭੈਣ ਅਤੇ ਨਾਲ ਹੀ ਇੱਕ ਦਿਵਿਆਂਗ ਭਰਾ ਸੀ। ਹਾਲਾਂਕਿ ਉਹਨਾਂ ਨੂੰ ਲੁਟੇਰਿਆਂ ਦੇ ਵੱਲੋਂ ਕੁਝ ਨਹੀਂ ਕਿਹਾ ਗਿਆ, ਪਰ ਕਿਤੇ ਨਾ ਕਿਤੇ ਉਸ ਨੌਜਵਾਨ ਦੇ ਉੱਤੇ ਹਮਲਾ ਜ਼ਰੂਰ ਕੀਤਾ ਗਿਆ। ਹਾਲਾਂਕਿ ਗਨੀਮਤ ਰਹੀ ਹੈ ਕਿ ਕਿਸੇ ਕਿਸਮ ਦੀ ਵੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਨਹੀਂ ਆਇਆ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਲੁਟੇਰਿਆਂ ਦੇ ਹੌਸਲੇ ਬਿਲਕੁਲ ਬੁਲੰਦ ਨੇ ਤਾਂ ਮਾਮਲਾ ਖੰਨਾ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਘਰ ਦੇ ਵਿੱਚ ਅੱਧੀ ਰਾਤ ਨੂੰ 4 ਲੁਟੇਰੇ ਦਾਖਲ ਹੁੰਦੇ ਨੇ, ਘਰ ਦੇ ਅੰਦਰ ਪਈ ਪੇਟੀ ਦੀ ਤਲਾਸ਼ੀ ਲਈ ਜਾਂਦੀ ਹੈ। ਜਦੋਂ ਇਸ ਦਾ ਵਿਰੋਧ ਨੌਜਵਾਨ ਦੇ ਵੱਲੋਂ ਕੀਤਾ ਜਾਂਦਾ ਤਾਂ ਉਸ ਨੂੰ ਟੇਪਾਂ ਦੇ ਨਾਲ ਬੰਨ੍ਹ ਦਿੱਤਾ ਜਾਂਦਾ ਅਤੇ ਜ਼ਮੀਨ 'ਤੇ ਸੁੱਟ ਦਿੱਤਾ ਜਾਂਦਾ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਉਸਦੀ ਮਾਂ ਦੇ ਉੱਤੇ ਵੀ ਹੱਥ ਚੱਕਣ ਦੀ ਲੁਟੇਰਿਆਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਸੀ, ਪਰ ਕਿਹਾ ਜਾ ਰਿਹਾ ਕਿ ਕਿਸੇ ਕਿਸਮ ਦੀ ਵੀ ਲੁੱਟ ਤੋਂ ਬਚਾ ਰਿਹਾ। ਵਾਕਿਆ ਜੀ, ਰਾਤ ਦੇ ਇਹੀ 12 ਵਜੇ ਦੇ ਬਾਅਦ, ਮਤਲਬ ਕਿ 12:30 ਵਜੇ ਕਰੀਬ, ਕੁਛ ਕੁ ਘਰ ਦੇ ਵਿੱਚ ਬੰਦੇ ਵੜੇ ਅਤੇ ਉਹਨਾਂ ਨੇ ਮੈਨੂੰ ਫੜਿਆ, ਮਤਲਬ ਕਿ ਗਲਾ ਗੁਲਾ ਘੋਟਿਆ, ਬੋਲਣ ਨਹੀਂ ਦਿੱਤਾ ਹੈਗਾ। ਪਹਿਲਾਂ 2 ਜਣੇ ਸੀਗੇ, ਮੈਂ ਉਹਨੂੰ ਇੱਕ ਨੂੰ ਤਾਂ ਫੜ ਲਿਆ, ਫਿਰ ਇੱਕ ਹੋਰ ਆ ਗਿਆ, 3 ਹੋ ਗਏ, ਮਤਲਬ ਕਿ ਉਹਨਾਂ ਨੇ ਫਿਰ ਮੈਨੂੰ ਬੰਨ੍ਹ ਕੇ ਸੁੱਟ ਲਿਆ। ਕਿੰਨੇ ਬੰਦੇ ਸੀਗੇ ਟੋਟਲ? ਬੰਦੇ ਸਰ 4 ਸੀਗੇ ਜਿਹੜੇ ਮੈਂ ਦੇਖੇ ਨੇ। ਕੋਈ ਹਥਿਆਰ ਵਗੈਰਾ ਸੀ? ਹਥਿਆਰ ਸੀਗੇ ਉਹਨਾਂ ਕੋਲ, ਮਤਲਬ ਹਥਿਆਰ ਇਹੀ ਆਪਣੀ ਛੁਰੀਆਂ ਵਗੈਰਾ, ਦਾ ਵਗੈਰਾ ਜਿਹੜੇ ਹੁੰਦੇ ਨੇ। ਤੇ ਕੀ ਅੰਦਰ ਕਿਵੇਂ ਐਂਟਰ ਕਿਵੇਂ ਕਿਤੇ ਕਰਦੇ? ਐਂਟਰੀ ਸਰ ਕੁਛ ਪਤਾ ਨਹੀਂ, ਅਸੀਂ ਸੁੱਤੇ ਪਏ ਸੀਗੇ ਬਿਲਕੁਲ, ਜਿਹੜੇ ਰੂਮ 'ਚ ਮੈਂ ਸੀ ਇਕੱਲਾ ਹੀ ਸੀਗਾ, ਮੈਂ ਉੱਥੇ ਇਕੱਲਾ ਹੀ ਪਿਆ ਸੀ ਬੈੱਡ 'ਤੇ। ਬਸ ਆਉਂਦੇ ਉਹਨਾਂ ਨੇ ਮਤਲਬ ਕਿ ਮੈਨੂੰ ਫੜ ਲਿਆ, ਮੌਕਾ ਹੀ ਨਹੀਂ ਦਿੱਤਾ ਕਿ ਕੁਛ ਬੋਲਾਂ ਜਾਂ ਨਹੀਂ, ਗਲਾ ਦੱਬ ਲਿਆ ਉਹਨਾਂ ਨੇ। ਫਿਰ ਟੇਪ ਵਗੈਰਾ, ਮਤਲਬ ਕਿ ਜਿਹੜੇ ਪਲਾਸਟਿਕ ਦੇ ਲੋਕ ਹੁੰਦੇ ਨੇ, ਉਹਦੇ ਨਾਲ ਹੱਥ ਉੱਤ ਬੰਨਤੇ, ਲੱਤਾਂ ਵੀ ਬੰਨਤੀਆਂ। ਅਤੇ ਕੁਝ ਸਮਾਨ ਵਗੈਰਾ ਵੀ ਲੈ ਕੇ ਗਏ ਨੇ ਤੁਹਾਡੇ? ਨਹੀਂ ਸਰ, ਬਚਾਓ ਹੋ ਗਿਆ, ਕੁਛ ਲੈ ਕੇ ਨਹੀਂ ਗਏ, ਨਹੀਂ ਟਾਈਮ ਵੇਸਟ ਹੋ ਗਿਆ। ਬਾਕੀ ਉਹਨਾਂ ਨੇ ਮਤਲਬ ਕਾਰਵਾਈ ਕੀਤੀ ਆ, ਪੇਟੀ ਵਗੈਰਾ ਖੋਲ੍ਹੀ ਆ, ਬਾਕੀ ਬਚਾਓ ਹੋ ਗਿਆ, ਉਹਨਾਂ ਦੇ ਹੱਥ ਕੁਛ ਨਹੀਂ ਲੱਗਿਆ। ਘਰ 'ਚ 3-4 ਜਣੇ ਸੀਗੇ, ਇੱਕ ਛੋਟੀ ਗੁੜੀਆ ਸੀਗੀ 11 ਸਾਲਾਂ ਦੀ, ਇੱਕ ਭਾਈ ਆ ਹੈਂਡੀਕੈਪ ਨੇ, ਉਹ 30-35 ਸਾਲ ਦੀ ਉਮਰ ਆ ਉਹਨਾਂ ਦੀ, ਇੱਕ ਮਦਰ ਸੀਗੇ। ਪਰਿਵਾਰ ਮੰਮੀ ਦਾ ਨਾਮ ਮੀਨਾ ਹੈ ਅਤੇ ਬ੍ਰਦਰ ਦਾ ਨਾਮ ਮੁੰਤਜੀਰਾ ਅਤੇ ਇੱਕ ਭਤੀਜੀ ਸੀਗੀ ਮੁਸਕਾਨ। ਗੁੜੀਆ ਦੀ ਉਮਰ ਹੈਗੀ ਹੈ 11-11.5 ਸਾਲ। ਨਹੀਂ, ਉਹਨਾਂ ਨੇ ਬਸ ਮੈਨੂੰ ਅਤੇ ਮੰਮੀ ਨੂੰ ਹੀ ਬੰਨ ਕੇ ਸਿੱਟਿਆ ਜੀ। ਅੱਛਾ, ਹਾਂਜੀ। ਦੂਸਰਾ ਭਾਈ ਜਿਹੜਾ ਹੈਗਾ ਉਹ ਹੈਂਡੀਕੈਪ ਆ, ਉਹ ਮਤਲਬ ਨਾ ਤਾਂ ਬੋਲਦਾ ਨਾ ਚੱਲਦਾ, ਉਹਨੇ ਕੁਛ ਨਹੀਂ ਕਿਹਾ ਉਹਨਾਂ ਨੇ। ਹਾਂਜੀ ਸਰ, ਉਹਨਾਂ ਨੇ ਕਾਰਵਾਈ ਕੀਤੀ ਆ, ਦੇਖ ਰਹੇ ਨੇ ਉਹ, ਬਾਕੀ ਸਮਾਨ ਬਚਾਓ ਹੋ ਗਿਆ, ਕੁਛ ਨਹੀਂ, ਸਾਰੀ ਚੀਜ਼ ਹੈਗੀ ਆ। ਤਾਲਿਫ ਦੇ ਘਰ ਰਾਤ ਕਹਿੰਦਾ ਸੀ ਮੇਰੀ ਚੋਰੀ ਹੋ ਗਈ, ਵੀ 2-3 ਬੰਦੇ ਆਏ ਸੀਗੇ ਅਤੇ ਸਾਡਾ ਕੈਸ਼ ਲੈ ਗਏ ਅਤੇ ਸੋਨਾ ਲੈ ਗਏ। ਜਦੋਂ ਅਸੀਂ ਆ ਕੇ ਸਰਚ ਕੀਤਾ ਅਤੇ ਪੈਸੇ ਵੀ ਅਲਮਾਰੀ ਦੇ ਵਿੱਚ ਮਿਲ ਗਏ ਸੀ, ਜਿਹੜਾ ਉਹਨਾਂ ਦਾ ਸੋਨਾ ਵਗੈਰਾ ਸੀ ਉਹ ਵੀ ਸਾਰਾ ਪੇਟੀ 'ਚੋਂ ਹੀ ਮਿਲ ਗਿਆ ਸੀਗਾ। ਅਤੇ ਇਹਦਾ ਕੀ ਕਾਰਨ ਹੋ ਸਕਦਾ ਜੀ? ਹੋ ਸਕਦਾ ਕੋਈ ਚੋਰੀ ਦੇ ਮਕਸਦ ਨਾਲ ਆਇਆ ਹੋਵੇ। ਜਿਹੜੇ ਕਹਿੰਦੇ ਸੱਟਾਂ ਲਾ ਕੇ ਜਿਹੜੇ ਮਾਤਾ ਜੀ ਹਾਲਤ ਕਿਹੋ ਜਿਹੀ ਹੈ ਜੀ? ਮੈਨੂੰ ਬਿਲਕੁਲ ਨੋਰਮਲ ਹੈ, ਸਿੰਪਲ ਹੈਗੀ ਹੈ, ਕੋਈ ਸਿੰਪਲ ਸੱਟ ਨਹੀਂ। ਜਿਹੜਾ ਬੇਟਾ ਅਤੇ ਮਾਂ ਦਾਖਲ ਹੋਏ ਸੀ? ਬੇਟਾ ਹੀ ਸਾਡੇ ਨਾਲ ਆ ਕੇ ਦੇਖ ਕੇ ਗਿਆ, ਉਸ ਨੇ ਆਪਣੇ ਸਮਾਨ ਖੋਲ੍ਹਿਆ ਅਤੇ ਉਹਦੇ 'ਚ ਦੇਖਿਆ ਵੀ ਕੁਛ ਨਹੀਂ ਹੈਗਾ।
ਮਾਤਾ ਜੀ ਦੀ ਉਮਰ ਠੀਕ ਹੈ? ਠੀਕ ਹੈ ਜੀ, ਉਹ ਕਹਿੰਦੇ 65-70 ਸਾਲ ਉਮਰ ਹੈ ਜੀ। ਉਹ ਆਰਾਮ ਨਾਲ ਜਿਹੜਾ ਹੁਣ ਮਾਤਾ ਦੀ ਉਮਰ ਤਾਂ ਹਾਂ ਉਮਰ ਦਾ ਤਕਾਜਾ ਉਮਰ ਦੇ ਹਿਸਾਬ ਨਾਲ ਹਾਂ ਉਹ ਠੀਕ ਹੈ ਸਭ ਕੁਝ। ਕੋਈ ਕਿਸੇ ਨੂੰ ਪ੍ਰੋਬਲਮ ਨਹੀਂ, ਸਿੰਪਲ ਸੱਟ ਸੀ ਜੀ। ਜਿਵੇਂ ਹੱਥ ਇਹ ਕਿੰਨੇ ਕੁ ਵਜੇ ਦੀ ਵਾਰਦਾਤ ਆ ਜੀ? ਇਹ 12:30 ਤੋਂ ਲੈ ਕੇ 2:30 ਵਜੇ ਦੇ ਵਿੱਚ। ਅੱਛਾ ਜੀ, ਕਿੰਨੇ ਕੁ ਬੰਦੇ ਸੀਗੇ ਜੀ? 2-3 ਬੰਦੇ ਦੱਸਿਆ।